ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। everyone sada question is solve the following the is which sanu statement ditti hai the teacher tells the class that the highest marks obtained by a student in her class is twice the lowest marks plus 7 the highest score is 87 what is the lowest score to what is the lowest score matlab apne lowest marks pata karne ne theek hai to let kar lene apa to let the lowest score be x to hun inna ne kya hai ki highest marks ਲੋਐਸਟ ਮਾਰਕਸ ਦੇ ਮੁਤਾਬਕ ਕਿੰਨੇ ਨੇ, ਠੀਕ ਹੈ, ਸਟੇਟਮੈਂਟ ਵਾਈਜ਼ ਦੱਸਿਆ ਅਤੇ ਉਸਦੀ ਵੈਲਿਊ ਵੀ ਦੱਸੀ ਹੋਈ ਹੈ 87। ਕੀ ਦੱਸਿਆ ਹੈ, ਹਾਈਐਸਟ ਮਾਰਕਸ ਕਿਸ ਦੇ ਇਕੁਅਲ ਹੈ, ਟਵਾਈਸ ਦਾ ਲੋਐਸਟ ਮਾਰਕਸ ਪਲੱਸ 7। ਟਵਾਈਸ ਦਾ ਲੋਐਸਟ ਮਾਰਕਸ ਮਤਲਬ 2x ਪਲੱਸ ਵਿੱਚ 7। ਵੈਸੇ ਹਾਈਐਸਟ ਮਾਰਕਸ ਕਿੰਨੇ ਨੇ, 87। 87 ਇਕੁਅਲਸ ਟੂ 2x ਪਲੱਸ 7 ਹੋ ਜਾਏਗਾ। ਇਟ ਮੀਨਸ ਇਕੁਏਸ਼ਨ ਕੀ ਆਉਂਦੀ ਹੈ ਆਪਣੇ ਕੋਲ, ਇਹ ਵਾਲੀ, ਠੀਕ ਹੈ। ਤਾਂ ਹੁਣ x ਦੀ ਵੈਲਿਊ ਫਾਈਂਡ ਕਰਨ ਲਈ ਕੀ ਕਰੂੰਗੀ ਮੈਂ, ਇਸਨੂੰ ਸੈਪਰੇਟ ਕਰ ਦੂੰਗੀ ਨੰਬਰਸ ਨਾਲੋਂ। ਤਾਂ ਦੋਨੋਂ ਪਾਸੇ ਪਹਿਲਾਂ ਮੈਂ 7 ਮਾਈਨਸ ਕਰ ਦੇਣਾ। ਇਹ ਬਣ ਜਾਏਗਾ ਮੇਰੇ ਕੋਲ 2x ਪਲੱਸ 7 ਮਾਈਨਸ 7 ਇਕੁਅਲਸ ਟੂ 87 ਮਾਈਨਸ 7। ਤਾਂ ਇੱਥੇ ਕੀ ਆ ਜਾਏਗਾ, 2x, ਇਹ ਤਾਂ 0 ਹੋ ਜਾਏਗਾ, ਇਕੁਅਲਸ ਟੂ 80। ਹੁਣ ਮੈਂ ਕੀ ਕਰੂੰਗੀ, 2 ਨਾਲ ਡਿਵਾਈਡ ਕਰ ਦੂੰਗੀ ਦੋਨੋਂ ਸਾਈਡਸ। ਇਹ ਬਣ ਜਾਏਗਾ 2x ਬਾਈ 2 ਇਕੁਅਲਸ ਟੂ 80 ਬਾਈ 2। ਤਾਂ ਸੋਲਵ ਕਰਕੇ 2 ਕੈਂਸਲ, ਇੱਥੇ ਆ ਜਾਏਗਾ 240 ਆਰ 80, ਮਤਲਬ 40 ਆ ਗਿਆ। ਤਾਂ ਐਕਸ ਕੀ ਆਇਆ, 40। ਤੇ ਇਹੀ ਕੀ ਆਪਣੇ ਕੋਲ ਲੋਐਸਟ ਮਾਰਕਸ। ਇਹ ਹੋ ਗਿਆ ਆਪਣਾ ਕੁਐਸਚਨ ਸੋਲਵ। ਥੈਂਕ ਯੂ।